ਗੁਰਦਾਸਪੁਰ ਦੇ ਵਿੱਚ ਜਿਸ ਕਰੋਨਾ ਵਾਇਰਸ ਪੇਸ਼ੈਂਟ ਦੀ ਮੌਤ ਹੋ ਗਈ ਸੀ ਉਹਦਾ ਅੱਜ ਉਹਦੇ ਪਿੰਡ ਭੈਣੀ ਪਸਵਾਲ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ। 81 ਸਾਲਾਂ ਦੇ ਬਜ਼ੁਰਗ ਕਰੋਨਾ ਵਾਇਰਸ ਤੋਂ ਪੀੜਤ ਸੀ ਔਰ ਇਹ ਜਲੰਧਰ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਇਆ ਸੀ ਜਿਸ ਤੋਂ ਬਾਅਦ ਇਹਨੂੰ ਇਹ ਬਿਮਾਰੀ ਲੱਗੀ। ਅੱਜ ਸੰਸਕਾਰ ਦੇ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ ਔਰ ਮੈਡੀਕਲ ਅਧਿਕਾਰੀਆਂ ਨੇ ਇਹਦਾ ਜਿਹੜਾ ਸੰਸਕਾਰ ਕੀਤਾ ਔਰ ਪਰਿਵਾਰ ਦੇ ਸਾਰੇ ਮੈਂਬਰ ਉਹਦੇ ਵਿੱਚ ਸ਼ਾਮਲ ਹੋਏ। ਆਖਰੀ ਘੜੀ ਦੇ ਵਿੱਚ ਇਹਨਾਂ ਦੇ ਅੰਤਿਮ ਸੰਸਕਾਰ ਹੈ, ਇਹਨਾਂ ਦਾ ਸਮੂਹ ਪਰਿਵਾਰ ਸ਼ਾਮਿਲ ਹੋਇਆ, ਇਹਨਾਂ ਦਾ ਇਕਲੌਤਾ ਬੇਟਾ, ਭਤੀਜੇ ਅਤੇ ਭਰਾ ਅਤੇ ਇਹਨਾਂ ਦੇ ਪਰਿਵਾਰ ਜੋ ਲੇਡੀਜ਼ ਮੈਂਬਰ ਆ ਉਹ ਵੀ ਬਾਹਰ ਆਏ ਹੋਏ ਨੇ ਅਤੇ ਸਾਰਾ ਪਰਿਵਾਰ ਸ਼ਾਮਿਲ ਹੋਇਆ। ਇਹਦੇ ਨਾਲ ਪੂਰੇ ਪੰਜਾਬ 'ਚ ਇੱਕ ਪੋਜ਼ਿਟਿਵ ਮੈਸੇਜ ਆਏਗਾ ਕਿ ਕੋਈ ਵੀ ਕਰੋਨਾ ਦਾ ਪੀੜਿਤ ਹੋ ਸਕਦਾ, ਪਰ ਉਹ ਜਿਹੜੀ ਅੰਤਿਮ ਯਾਤਰਾ ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹ ਸ਼ਾਮਿਲ ਹੋ ਰਹੇ ਨੇ। ਕਿਉਂਕਿ ਪਹਿਲਾਂ ਇੱਕ ਦੋ ਵਾਰੀ ਖਬਰਾਂ ਆਈਆਂ ਸੀ ਕਿ ਪਰਿਵਾਰ ਦੇ ਮੈਂਬਰਾਂ ਨੇ ਹਿੱਸਾ ਨਹੀਂ ਲਿਆ, ਪਰ ਮੈਨੂੰ ਬੜਾ ਅੱਜ ਇਸ ਗੱਲ 'ਤੇ ਕਹਿਣ 'ਤੇ ਮਾਣ ਹੈ ਕਿ ਇਹਨਾਂ ਦੇ ਸਾਰੇ ਪਰਿਵਾਰ ਨੇ ਮੋਢਾ ਰੱਖਿਆ ਔਰ ਨਾਲ ਆਏ ਨੇ ਔਰ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਵੀ ਨਾਲ ਆਇਆ। ਇਹੀ ਸੰਦੇਸ਼ ਦੇਣ ਵਾਸਤੇ ਕਿ ਜਿਹੜੀ ਅੰਤਿਮ ਯਾਤਰਾ ਕਿਸੇ ਇਨਸਾਨ ਦੀ ਉਹਨੂੰ ਪੂਰੇ ਮਾਣ ਸਨਮਾਨ ਨਾਲ ਹੋਣੀ ਚਾਹੀਦੀ ਹੈ, ਸ਼ਰਧਾ ਨਾਲ ਹੋਣੀ ਚਾਹੀਦੀ ਹੈ। ਹਾਈ ਰਿਸਕ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਉਹਦੇ ਸੈਂਪਲ ਲੈ ਕੇ ਟੈਸਟ ਕਰਨ ਵਾਸਤੇ ਭੇਜਦੇ ਸੀਗਾ ਅਤੇ ਕਾਦੀਆਂ ਤੋਂ ਪ੍ਰੇਮ ਨਗਰ ਮੁਹੱਲਾ ਨੀਅਰ DAV ਪ੍ਰਾਇਮਰੀ ਸਕੂਲ ਦੇ ਲਾਗੇ ਦਾ ਰਹਿਣ ਲੱਗਾ।